ਪੰਜਾਬ ਵੈਦਾਰਾ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅਸੀਂ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਵਾਅਦੇ ਹਾਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਅਸੀਂ ਰਲ ਕੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਸੋਨੂੰ ਸੂਦ ਅਦਾਕਾਰ ਸੋਨੂੰ ਸੂਦ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਮਿਲ ਕੇ ਕੰਮ ਕਰਨ ਦੀ ਗੱਲ ਕਹੀ ਉਹਨਾਂ ਲੋਕਾਂ ਨੂੰ ਪੰਜਾਬ ਪੁਲਿਸ ਅਤੇ ਸੂਬਾ ਸਰਕਾਰ ਦੇ ਨਸ਼ਾ ਮੁਕਤਤਾ ਮਹਿੰਮ ਦਾ ਸਮਰਥਨ ਕਰਨ ਲਈ ਕਿਹਾ। ਸੋਨੂ ਸੁਧੇ ਐਸਾ ਵੀਡੀਓ ਕਲਿੱਪ ਨੂੰ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੇ ਵੀ ਟਵੀਟ ਕੀਤਾ ਅਦਾਕਾਰ ਸੋਨੂ ਸੁਧ ਨੇ ਕਿਹਾ ਹੈ ਕਿ ਪੰਜਾਬ ਦੇ ਇਤਾਰ ਤੇ ਹਮੇਸ਼ਾ ਤੋਂ ਜਵਾਨਾਂ ਦੇ ਲਈ ਜਾਣੇ ਜਾਂਦੇ ਆ ਪਰ ਹੁਣ ਲੰਬੇ ਸਮੇਂ ਤੋਂ ਲੋਕ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਬਹੁਤਾਤ ਹੈ। ਨਵੀਂ ਪੀੜ੍ਹੀ ਨਵੇਂ ਬਣ ਨਸ਼ਿਆਂ ਤੋਂ ਬਹੁਤ ਪ੍ਰਭਾਵਿਤ ਹੈ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹ ਖੁਦ ਮੋਗਾ ਜਾਂ ਪੰਜਾਬ ਦੇ ਹੋਰ ਹਸਨ ਬੈਚਾ ਜਾਂਦੇ ਹਾਂ ਤਾਂ ਨੌਜਵਾਨ ਕਾਫੀ ਹੱਦ ਤੱਕ ਨਸ਼ਿਆਂ ਦੇ ਗ੍ਰਿਫਤ ਬੈਚਾ ਨਜ਼ਰ ਆਉਂਦੇ ਹਨ ਤੇ ਇਹ ਕਾਰਨ ਹੈ ਕਿ ਅਪਰਾਧ ਵਧਿਆ ਹਨ ਕਿਉਂਕਿ ਨਸ਼ਿਆਂ ਦੇ ਆਦੀ ਲੋਕਾਂ ਨੂੰ ਨਸ਼ੇ ਖਰੀਦਣ ਦੇ ਲਈ ਪੈਸੇ ਦੀ ਲੋੜ ਹੁੰਦੀ ਆ ਸੋ ਨੂੰ ਸੁਧਨੇ ਕਿਹਾ ਹੈ ਕਿ ਉਹਨਾਂ ਨੇ ਵੀ ਮੁਹਿੰਮ ਚਲਾਈ ਸੀ ਐਸਾ ਤਹਿਤ 280 ਦੇ ਕਰੀਬ ਬੱਚਿਆਂ ਨੂੰ ਨਸ਼ਿਆਂ ਦੀ ਗ੍ਰਿਫਤਾ ਤੋਂ ਮੁਕਤਾ ਕਰਵਾਉਂਦਾ ਅਪਰਾਲਾ ਕੀਤਾ ਗਿਆ بار بار سارے ਲੋਕਾਂ ਦਾ ਨਾਂ ਪਹੁੰਚ ਸਕਣ ਕਰਨ ਪੰਜਾਬ ਦੇ ਮੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਜੱਧਵ ਨੇ ਇਸ ਮਹਿੰਮ ਦੀ ਸ਼ੁਰੂਆਤ ਕੀਤੀ ਹੈ। ਸੂਦ ਨੇ ਕਿਹਾ ਹੈ ਕਿ ਜੋ ਨੌਜਵਾਨ ਬੱਚੇ ਨੌਜਵਾਨ ਨਸ਼ਿਆਂ ਤੋਂ ਪ੍ਰਭਾਵਿਤ ਹਨ। ਉਨ੍ਹਾਂ ਬਾਰੇ ਦੱਸਿਆ ਜਾਵੇ ਅਸੀਂ ਰਲ ਕੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ। ਇਹ ਸਭ ਉਦੋਂ ਹੀ ਸੰਭਵ ਹੈ ਜਦੋਂ ਇਸ ਮਹਿੰਮ ਦਾ ਸਾਥ ਦਿੱਤਾ ਜਾਵੇ। ਦੋ ਪਰਾਂਵਾਂ ਦੇ ਬਲੋ ਵਿਆਸ ਦਰਿਆ ਦੇ ਵਿੱਚ ਛਾਲ ਮਾਰਨ ਦਾ ਮਾਮਲਾ ਇੱਕ ਦੇ ਮਿਲੀ লাশ ਆ। ਐਸਐਚਓ ਤੋਂ ਦੁਖੀ ਹੋ ਕੇ ਮਾਰੀ ਸੀ ਸ਼ਾਲ ਤਾਂ ਦੋਸਤੋ ਜਲੰਧਰ ਬੈਚ ਇਨਸਪੈਕਟਰ ਤੋਂ ਤੰਗ ਆ ਕੇ ਵਿਆਸ ਦਰਿਆ ਦੇ ਵਿੱਚ ਸ਼ਾਲ ਮਾਰ ਕੇ ਖੁਦਕੁਸ਼ੀ ਕਰਨ ਵਾਲੇ ਦੋ ਭਰਾਵਾਂ ਦੇ ਵਿੱਚੋਂ ਇੱਕ ਭਰਾ ਦੀ ਲਾਸ਼ ਮਿਲ ਗਿਆ ਤੇ ਇਹ ਲਾਸ਼ ਦਰਿਆ ਵਿਆਸ ਦੇ ਕੰਡੇ ਮੰਡ ਖੇਤਰ ਦੇ ਪਿੰਡ ਧੂੰਦਾ ਤਲਵੰਡੀ ਚੌਧਰੀਆਂ ਤੋਂ ਮਿਲੀ ਲਾਸ਼ ਜਸ਼ਨਦੀਪ ਦੀ ਦੱਸੀ ਜਾ ਰਹੀ ਹੈ ਜਸ਼ਨਦੀਪ ਛੋਟਾ ਭਰਾ ਸੀ ਲਾਸ਼ ਨੂੰ ਨਦੀ ਦੇ ਗਾਤ ਵਿੱਚ ਦੱਬੀ ਹੋਈ ਮਿਲੀ ਦੱਸਦੇ ਕਿ ਜਲੰਧਰ ਸ਼ਹਿਰ ਦੇ ਦੋ ਭਰਾਵਾਂ ਮਾਨਵਜੀਤ ਅਤੇ ਜਸ਼ਨਦੀਪ ਨੇ ਕੁਇਦਨ ਪਹਿਲਾਂ ਗੋਇੰਦਬਾਲਾ ਸਾਹਿਬ ਪਾਲਤੂ ਬਿਆਸ ਬਿਆਚਾ ਛਾਲ ਮਾਰ ਦਿੱਤੀ ਸੀ ਜਿਸ ਤੋਂ ਬਾਅਦ ਦੋਸ਼ ਲਾਇਆ ਗਿਆ ਸੀ ਕਿ ਉਸਨੇ ਥਾਣਾ ਡਿਵੀਜ਼ਨ ਨੰਬਰ 1 ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਤੋਂ ਤੰਗ ਆ ਕੇ ਛਾਲ ਮਾਰ ਦਿੱਤੀ ਹੈ ਜਸ਼ਨਦੀਪ ਦੀ ਲਾਸ਼ ਬਿਆਸ ਦਰਿਆ ਦੇ ਵਹਾਅ ਦੇ ਨਾਲ ਖੇਤਾਂ ਵਿੱਚ ਪਹੁੰਚ ਗਈ ਸੀ ਪਿੰਡ ਦਾ ਕਿਸਾਨ ਕੱਲ ਪਾਣੀ ਘਟਣ ਤੋਂ ਬਾਅਦ ਖੇਤ ਨੂੰ ਗਿਆ ਜਦੋਂ ਉਹ ਆਪਣੇ ਖੇਤ ਦੇ ਕਿਨਾਰੇ ਨੂੰ ਠੀਕ ਕਰ ਰਿਹਾ ਤੇ ਉਸ ਦੌਰਾਨ ਇੱਕ ਹੱਥ ਤੇ ਕੜਾ ਨਜ਼ਰ ਆਇਆ ਤੇ ਉਸ ਤੋਂ ਬਾਅਦ ਜਦੋਂ ਉਸਨੇ ਘਾਹ ਨੂੰ ਅੱਗੇ ਪਿੱਛੇ ਕੀਤਾ ਤਾਂ ਉਸਦੇ ਪੈਰਾਂ ਦੇ ਵਿਚ ਆ ਪਾਈ ਜੁੱਤੀ ਵੀ ਨਜ਼ਰ ਆਈ ਕਿਸਾਨ ਨੇ ਹੋਰ ਹਲੋਕਾਂ ਨੂੰ লাশ ਵਿਖਾਈਆ ਤੇ ਇਹਦੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੱਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਰਿਵਾਰਕ ਮੈਂਬਰ লাশ ਨੂੰ ਦੇਖਣ ਦੇ ਲਈ ਰਵਾਨਾ ਹੋ ਗਏ ਪਿੰਡ ਵਾਸੀਆਂ ਨੇ লাশ ਸਬੰਧਿਤ ਸਥਾਨਕ ਪੁਲਸਾ ਥਾਣੇ ਨੂੰ ਵੀ ਸੂਚਿਤ ਕੀਤਾ ਹੈ ਦੇ ਕਿ ਰਸਤੇਦਾਰਾਂ ਦਾ ਕਹਿਣਾ ਹੈ ਕਿ ਜੁੱਤੇ ਅਤੇ ਕੜਾ ਜਸ਼ਨਦੀਪ ਦੇ ਹਾਨਾ ਕਿਸਾਨ ਦੱਸ ਹੈ ਕਿ ਜਿਸ ਵਿਅਕਤੀ ਦੀ ਲਾਸ਼ ਮਿਲੀ ਆ ਉਹ ਲੰਬਾ ਚੌੜਾ ਨੋਇਬਾਨ ਹੈ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤਬਿਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਣ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤ ਘੰਟਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਕਾਰਗਰ ਸਾਵਤ ਹੋ ਰਿਹਾ ਐਮ ਪਾਸਪੋਰਟ ਐ ਪਪਲਸ ਹੁਣ 15 ਨਹੀਂ 2 ਦਿਨਾਂ ਵਿੱਚ ਪੂਰੀ ਕਰੀਆ ਪਾਸਪੋਰਟ ਐ ਵੈਰੀਫਿਕੇਸ਼ਨ ਆ ਤਾਂ ਦੋਸਤੋ ਚੰਡੀਗੜ੍ਹ ਪਲਸ ਹੁਣ 15 ਦਿਨਾਂ ਦੇ ਬਜਾਏ 2 ਦਿਨਾਂ ਦੇ ਵਿੱਚ ਪਾਸਪੋਰਟ ਐ ਵੈਰੀਫਿਕੇਸ਼ਨ ਆ ਪੂਰੀ ਕਰੀਆ ਹਾਂ ਇਹ ਤਤਕਾਲ ਅਪਲਾਈਡ ਪਾਸਪੋਰਟ ਐ ਵੈਰੀਫਿਕੇਸ਼ਨ ਨਹੀਂ ਹੈ ਬਲਕਿ ਰੋਟੀਨ ਅਪਲਾਈਡ ਪਾਸਪੋਰਟ ਦੇ ਪੁਲਸ ਅ ਵੈਰੀਫਿਕੇਸ਼ਨ ਆ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਣਵਾਰੀਲਾਲਾ ਪ੍ਰੋਹਤ ਬਲਵ ਸ਼ੁਰੂ ਕੀਤੀ ਐਮ ਪਾਸਪੋਰਟ ਪਲੱਸ ਐਪਾ ਪ੍ਰਭਾਵਸ਼ਾਲੀ ਅਤੇ ਮਦਦਗਾਰ ਸਾਬਤ ਹੋ ਰਹੀ ਹੈ। ਕੱਲ 8453 ਲੋਕਾਂ ਦੀ ਵੈਰੀਫਿਕੇਸ਼ਨ ਹੋਈ। ਪੁਲਿਸ ਨੇ ਜੂਨਾ 16 ਤੋਂ 1 ਸਤੰਬਰ ਤੱਕ ਪਾਸਪੋਰਟ ਦਫ਼ਤਰ ਤੋਂ ਕੱਲ 8453 ਲੋਕਾਂ ਦੀ ਵੈਰੀਫਿਕੇਸ਼ਨ ਕੀਤੀ ਸੀ। ਇਹਨਾਂ ਵਿੱਚੋਂ ਪੁਲਿਸ ਨੇ 8236 ਦੇ ਪੁਲਸ ਵੈਰੀਫਿਕੇਸ਼ਨ ਕਰਕੇ ਪਾਸਪੋਰਟ ਦਫ਼ਤਰ ਭੇਜ ਦਿੱਤੇ ਹੈ। ਇਸ ਤੋਂ ਇਲਾਵਾ ਪੁਲਿਸ ਨੇ ਇੱਕ ਦਿਨ ਵਿੱਚ 132 ਲੋਕਾਂ ਦੀ ਤਸਦੀਕ ਵੀ ਕੀਤੀ ਹੈ ਹੁਣ ਭਵਿੱਖ ਵਿੱਚ ਵੀ 2-3 ਦਿਨਾਂ ਵਿੱਚ ਲੋਕਾਂ ਦੀ ਪਾਸਪੋਰਟ ਹੈ ਵੈਰੀਫਿਕੇਸ਼ਨ ਹੋ ਜਾਵੇਗੀ ਮੁੱਖ ਮੰਤਰੀ ਦੇ ਕੋਠੇ ਅੱਗੇ 8736 ਕੱਚੇ ਅਧਿਆਪਕਾਂ ਤੇ ਪੁਲਿਸ ਵਿਚਾਲੇ ਹੋਈ ਤਾਕਾ ਮੁੱਕੀ ਜਿਵੇਂ ਦੋਸਤੋ 8736 ਕੱਚੇ ਅਧਿਆਪਕਾਂ ਜੁਨੇ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੇ ਰਹਾਇਸ਼ੀ ਕਲੋਨੀ ਦੇ ਨੇੜਲੇ ਪਿੰਡ ਕੁਰਾਣਾ ਬੇਕੇ ਪਿਛਲੇ ਲਗਭਗ 3 ਮਹੀਨਿਆਂ ਤੋਂ ਟੈਂਕੀ ਉਪਰਾ ਤੇ ਹੇਠਾਂ ਸ਼ਿੰਗਾਰਸ਼ ਕਾਰੇ ਕੱਚੇ ਅਧਿਆਪਕਾਂ ਨੇ ਵੱਲੋਂ ਕੱਲ ਇਥੇ ਖੁਰਾਨਾ ਟੈਂਕੀ ਮੋਰਚਾ ਸੰਗਰੂਰ ਦੇ ਸੱਦੇ ਇਕੱਠ ਦੇ ਅਨੁਸਾਰ ਸੂਬਾ ਪੱਧਰੀ ਰੈਲੀ ਕੀਤੀ ਗਈ ਜਦੋਂ ਮੁੱਖ ਮੰਤਰੀ ਦੇ ਰਿਹੱਸ ਦਾ ਘਰਾਓ ਕਰਨ ਦੇਲੇ ਰੋਸ਼ਮਾਰਚ ਕੀਤਾ ਗਿਆ ਤੇ ਇੱਕ ਬੈਰੀਅਰ ਤੋੜਦੇ ਹੋਏ ਕੱਚੇ ਅਧਿਆਪਕ ਮੁੱਖ ਮੰਤਰੀ ਦੇ ਰਿਹੱਸ ਦੇ ਬਾਹਰ ਦੂਜੇ ਬੈਰੀਅਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਰੋਕਨ ਤੇ ਦੁਬਾਰਾ ਲੰਬਾ ਸਮਾਂ ਝਪਟਾਂ ਹੋਈਆਂ ਤੇ ਇਸ ਦੌਰਾਨ ਮਹਿਲਾ ਅਧਿਆਪਕਾਂ ਦੇ ਕਾਫੀ ਸੱਟਾਂ ਲੱਗਾਂ ਤੇ ਕੱਪੜੇ ਪਾਟੇ ਜੈਂਟਸ ਅਧਿਆਪਕਾਂ ਦੀਆਂ ਪੱਗਾਂ ਉਤਾਰ ਦਿੱਤੀਆਂ ਗਈਆਂ ਐਸੋ ਦੌਰਾਨ ਮਹਿਲਾ ਅਧਿਆਪਕਾਂ ਨੇ ਵੱਲੋਂ ਆਪਣੇ ਉੱਪਰ ਪੈਟਰੋਲ ਪਾ ਕੇ ਆਗਲ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ मौके ਤੇ ਮੌਜੂਦਾ ਸਾਥੀਆਂ ਦੇ ਵੱਲ ਉਹਨਾਂ ਦੇ ਹੱਥਾਂ ਦੇ ਵਿੱਚੋਂ ਮਾਚਸ ਖੋ ਲਈ ਗਈ ਨਹੀਂ ਕੋਈ ਵੱਡਾ ਹਾਰਸਾ ਹੋ ਸਕਦਾ ਸੀ ਇਸ ਦੀ ਸਿੱਧੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਣੀ ਸੀ ਅਗਲੀ ਖਬਰ ਪਰਾਲੇ ਦੇ ਨਪਟਾਰੇ ਦੇ ਲਈ ਸਰਫੇਸ ਸਿਡਰ ਤੇ ਸਬਸਿਡੀ ਹਾਸਲ ਕਰਨ ਦੇ ਲਈ ਕਿਸਾਨ 10 ਸਤੰਬਰ ਤੱਕ ਕਰ ਸਕਦੇ ਹਨ ਅਪਲਾਈ ਤਾਂ ਦੋਸਤੋ ਕਿਸਾਨਾਂ ਨੂੰ ਫਸਲਾਂ ਦੇ ਰਹਿਣ ਖੁੰਦ ਨੂੰ ਸਾੜਨ ਦੇ ਬਜਾਏ ਇਹਦੇ ਪ੍ਰਬੰਧਨ ਦੇ ਲਈ ਸੁਚੱਜੀ ਵਿਧੀ ਅਪਣਾਉਣ ਦੇ ਲਈ ਪ੍ਰੇਰਿਤ ਕਰਨ ਵਾਸਤੇ ਮੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਖੇਤਾਂ ਵਿੱਚ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦੇ ਲਈ ਕਿਸਾਨਾਂ ਨੂੰ ਰਾਜ ਤੇ ਦਰਾਂ ਤੇ ਸਰਫੇਸ ਸਿਡਰਾ ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਇਹ ਜਾਣਕਾਰੀ ਸਾਂਝੀ ਕਰਦਿਆਂ ਕੱਲ੍ਹ ਤੇ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਪਾਲਾਈ ਮੰਤਰੀ ਗੁਰਮੀਤ ਸਿੰਘ ਖੁੱਡਗਣ ਦੱਸਿਆ ਕਿ ਵਿਭਾਗ ਦੇ ਵੱਲੋਂ ਸਬਸਿਡੀ ਉਤੇ ਸਰਫੇਸ ਸਿਡਰਮ ਹਈਆ ਕਰਵਾਉਣ ਦੇ ਲਈ ਕਿਸਾਨਾਂ ਤੋਂ ਬਿਨੇ ਪੱਤਰ ਮੰਗੇ ਗਏ ਹਨ ਕਿ ਕਿਸਾਨਾਂ ਨੂੰ ਐਸਐਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦੇ ਆ ਉਹਨਾਂ ਨੇ ਕਹਿ ਕੇ ਸਵੇ ਦੇ ਕਿਸਾਨ ਐਸਐਸ ਸਕੀਮ ਦਾ ਲਾਭ ਲੈਣ ਦੇ ਲਈ 10 ਸਤੰਬਰ 2023 ਤੱਕ ਸ਼ਾਮ 5 ਵਜੇ ਤੱਕ ਵਿਭਾਗ ਦੇ ਪੋਰਟਲ Agrimachinerypv.com ਤੇ ਆਨਲਾਈਨ ਅਪਲਾਈ ਕਰ ਸਕਦੇ ਹਨ ਉਹਨਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਵੱਲੋਂ ਵਿਅਕਤੀਗਤਾਂ ਕਿਸਾਨਾਂ ਨੂੰ 40000 ਰੁਪਏ ਤੱਕ ਦੀ ਸਬਸਿਡੀ ਦੇ ਪੇਸ਼ਕਾਸ਼ ਕੀਤੀ ਜਾ ਰਹੀ ਹੈ ਜਦੋਂ ਕਿ ਕਸਟਮਰ ਹਾਇਰਿੰਗਾ ਸੈਂਟਰਲ ਸਰਫੇਸ ਸਿਲਰ ਦੇ ਖਰੀਦ ਤੇ 60000 ਰੁਪਏ ਤੱਕ ਦੀ ਸਬਸਿਡੀ ਪ੍ਰਾਪਤ ਕਰ ਸਕਦੇ ਹਨ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਾਤਾਵਰਣ ਨੂੰ ਬਚਾਉਣ ਲਈ ਸੂਬੇ ਵਿੱਚ ਫਸਲਾਂ ਦੇ ਰਹਿੰਦ-ਖੂੰਦ ਨੂੰ ਸਾੜਨ ਸੰਬੰਧੇ ਮਾਮਲਿਆਂ ਨੂੰ 0 ਤੋਂ ਲਿਆਉਣ ਦੇ ਲਈ ਫਸਲੀ ਰੈਂਦ ਖੁੰਦਾ ਪ੍ਰਬੰਧਨ ਨਾਲ ਸੰਬੰਧੇ ਹੋ ਰਿਹਾ ਮਸ਼ੀਨਰੀ ਦੀ ਖਰੀਦ ਤੇ ਵਿੱਲ ਸਬਸਿਡੀਆਂ ਪ੍ਰਦਾਨ ਕਰ ਰਹੀ ਹੈ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਮਰਿੰਡਾ ਖੰਡ ਮੈਲ ਡੀ ਲਾਈਨ ਬੰਦ ਪੰਜਾਬ ਸਰਕਾਰ ਦੇ ਵੱਲ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਕਿ ਮਰਿੰਡਾ ਖੰਡ ਮੈਲ ਦੇ ਅੰਦਰ ਡੀ ਲਾਈਨ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਇਸ ਫੈਸਲੇ ਦੇ ਨਾਲ ਹੁਣ ਆਮ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਤੇ ਹਰ ਕਿਸਾਨ ਆਪਣੀ ਫਸਲ ਆਮ ਲਾਈਨ ਵਿੱਚ ਲੱਗ ਕੇ ਹੀ ਵੇਚੇਗਾ ਇਸ ਸਬੰਧ ਵਿੱਚ ਜਾਣਕਾਰ ਦਿੰਦੇ ਆਮ ਆਦਮੀ ਪਾਰਟੀ ਦੇ ਲੀਡਰ ਮਾਲਬਿੰਦਰ ਸਿੰਘ ਕੰਗਣੇ ਕਿਹਾ ਹੈ ਕਿ ਕੱਲ੍ਹ ਹਲਕਾ ਚਮਕਰ ਸਾਹਿਬ ਦੇ ਕਿਸਾਨਾਂ ਦੀ ਚਿਰੋਕਣੀ ਮੰਗ ਪੂਰੀ ਕਰਦੇ ਸਰਕਾਰੀ ਖੰਡ ਮੈਲਾ ਮੁਰਿੰਡਾ ਵਿਖੇ ਡੀ ਲਾਈਨ ਨੂੰ ਮੁਕੰਮਲ ਤੌਰ ਤੇ ਬੰਦ ਕਰਨ ਦੇ ਸਬੰਧੀ ਦੇਸ਼ ਨਿਰਦੇਸ਼ ਜਾਰੀ ਕੀਤੇ ਗਏ ਉਹਨਾਂ ਨੇ ਇਹ ਵੀ ਕਹਿ ਕੇ ਸ਼ੂਗਰ ਫੈਡ ਪੰਜਾਬ ਦੇ ਚੇਅਰਮੈਨ ਨਵਦੀਪ ਸੰਘਾ ਜੀਦਾ ਜੀ ਦੇ ਬਲੋਂ ਕਲੇਸ਼ ਦੀ ਜੜ ਡੀ ਲਾਈਨ ਨੂੰ ਹਮੇਸ਼ਾ ਦੇ ਲਈ ਖਤਮ ਕਰਨ ਦਾ ਐਲਾਨ ਕੀਤਾ ਗਿਆ ਪੁਰਾਣਗਾ ਸਰਕਾਰਾਂ ਦੇ ਵੱਲੋਂ ਆਪਣੇ ਚਹੇਤਿਆਂ ਨੂੰ ਖਾਸ ਫਾਇਦਾ ਪੰਚਾਇੰਦ ਲਈ ਇਹ ਡੀ ਲਾਈਨ ਬਣਾਈ ਗਈ ਸੀ ਜਿਸ ਨੂੰ ਅੱਜ ਛੋਟੇ ਕਿਸਾਨਾਂ ਦੇ ਨਾਲ ਹੁੰਦੇ ਭੇਰ ਭਾਵ ਨੂੰ ਦੇਖਦੇ ਹੋਇਆ ਤੇ ਸਭ ਨੂੰ ਬਰਾਬਰੀ ਦਾ ਅਧਿਕਾਰ ਦਿੰਦੇ ਹੋਏ ਇਹ ਐਕਸ਼ਨ ਲਿਆ ਗਿਆ ਉਹਨਾਂ ਨੇ ਅੱਗੇ ਟਵੀਟ ਵਿੱਚ ਲਿਖਿਆ ਹੈ ਕਿ ਮਾਣਯੋਗ ਐਮ ਐਲ ਏ ਚਰਨਜੀਤ ਸਿੰਘ ਚੰਨੀ ਨੇ ਸਭ ਨੂੰ ਨਾਲ ਲੈ ਕੇ ਐਸਾ ਮਸਲੇ ਨੂੰ ਹੱਲ ਕੀਤਾ ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਚਮਕੌਰ ਸਾਹਿਬ ਦੀ ਸਮੁੱਚੀ ਲੀਡਰਸ਼ਿਪ ਵੀ હાજર ਸੀ ਖੇਡਾਂ ਬੱਤਨਾ ਪੰਜਾਬ ਦੀਆਂ ਵਿੱਚ ਡੇਢ ਲੱਖ ਤੋਂ ਵੱਧ ਵਿਦਿਆਰਥੀ ਲੈ ਰਹੇ ਹਨ ਹਿੱਸਾ ਹਰ ਜ਼ਿਲ੍ਹੇ ਵਿੱਚ ਦੋ ਨੋਡਲ ਅਧਿਕਾਰੀਆਂ ਯੋਗਤਾ ਮੀਤ ਹੋਇਆ ਖੇਡਾਂ ਬੱਤਨਾ ਪੰਜਾਬ ਦੀਆਂ 2000 ਤੇ ਉਦਘਾਟਨੀ ਸਮਾਰੋਹ ਤੋਂ ਬਾਅਦ ਸ਼ੁਰੂ ਹੋਏ ਬਲਾਕ ਪੱਧਰੀ ਮੁਕਾਬਲੇ ਵਿੱਚ ਸੂਬੇ ਦੇ ਖੇਡ ਮੈਦਾਨਾਂ ਵਿੱਚ ਖਿਡਾਰੀਆਂ ਵੱਲੋਂ ਪੂਰੇ ਜੋਰ ਸ਼ੋਰ ਦੇ ਨਾਲ ਹਿੱਸਾ ਲਿਆ ਜਾ ਰਿਹਾ ਹੈ ਖੇਡ ਵਿਭਾਗ ਦੇ ਵੱਲੋਂ ਬਲਾਕ ਪੱਧਰੀ ਟੂਰਨਾਮੈਂਟ ਦੌਰਾਨ ਖਿਡਾਰੀਆਂ ਦੇ ਸਚਾਰੂ ਪ੍ਰਬੰਧਾ ਦੇ ਨਿਗਰਾਨੀ ਦੇ ਲਈ ਹਰ ਜ਼ਿਲ੍ਹੇ ਵਿੱਚ ਦੋ ਨੋਡਲ ਅਧਿਕਾਰੀ ਲਾਏ ਗਏ ਖੇਡ ਮੰਤਰੀ ਗੁਰਮੀਤ ਸਿੰਘ ਅਮੀਤ ਹੈਨੇ ਕਹੇ ਕਿ ਇਸ ਵੇਲੇ ਕਾਰਪੋਰੇਸ਼ਨਾਂ ਸ਼ਹਿਰਾਂ ਸਮੇਤ 157 ਬਲਾਕਾਂ ਵਿੱਚ 8 ਖੇਡਾਂ ਦੇ ਮੁਕਾਬਲੇ ਚੱਲ ਰਹੇ ਹਨ ਤੇ ਜਿਨ੍ਹਾਂ ਦੇ ਵਿੱਚ 1.5 ਲੱਖ ਤੋਂ ਵੱਧ ਦਾ ਖਿਡਾਰੀ ਹਿੱਸਾ ਲੈ ਰਹੇ ਹਨ ਅਗਲੀ ਖਬਰ ਹੈ ਪੰਜਾਬ ਸਰਕਾਰ ਦਾ ਟੈਕਸ ਚੋਰਾਵਾਂ ਵਿਰੁੱਧ ਦਾ ਵੱਡਾ ਐਕਸ਼ਨ ਠੋਕਿਆ 15.37 ਕਰੋੜ ਦਾ ਜੁਰਮਾਨਾ ਜੀਹਾਂ ਦੋਸਤੋ ਪੰਜਾਬ ਦੇ ਬਹਿਤਾ ਜੋਇਨਾ ਆਵਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸੰਘਾ ਜੀ ਮਾਨ ਨੇ ਕਾਲੇ ਤੇ ਕਹਿ ਕੇ ਕਰ ਵਿਭਾਗ ਦਿਆਂ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਜੁਨਟਾ ਸਿਪੂ ਦੇ ਮੋਬਾਈਲ ਵੰਗਾਰੇ ਬਲ ਅਗਸਤ ਮਹੀਨੇ ਦੌਰਾਨ ਰਾਏਪੜ ਦੇ ਬੇਚਾ ਕਰ ਚੋਰਾ ਵਿਰੋਧ ਚਲਾਈ ਗਈ ਮੁਹਿੰਮਾ ਸਦਕਾ 873 ਬਹਾਨਾ ਨੂੰ ਈਵੇ ਬੈਲ ਅਤੇ ਹੋਰ ਲੋੜੀ ਦੇ ਦਸਤਾਵੇਜ਼ਾਂ ਨਾ ਹੋਣ ਕਾਰਨ 15 ਕਰੋੜ 3 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਐਸਾ ਸਬੰਧ ਦੇ ਹੋਰ ਜਾਣਕਾਰ ਦੰਦਿਆ ਵਿੱਤ ਮੰਤਰੀ ਹਰਪਾਲ ਸਿੰਘ ਚਿਮਣ ਕਹਿ ਕੇ ਸੀਪੂ ਵੱਲੋਂ ਅਗਸਤ ਮਹੀਨੇ ਦੌਰਾਨ ਕੁੱਲ 1052 ਬਹਾਨਾ ਤੇ ਜੁਲਾਈ ਮਹੀਨੇ ਦੇ ਬਕਾਇਆ 70 ਮਾਮਲਿਆਂ ਦੇ ਵਿੱਚ ਕਾਰਵਾਈ ਕੀਤੀ ਗਈ ਉਹਨਾਂ ਦਾ ਕਹਿਣਾ ਕਿ ਇਹਨਾਂ ਦੇ ਵਿੱਚ 873 ਮਾਮਲਿਆਂ ਦੇ ਵਿੱਚ ਕੁੱਲ ਕਰ ਚੋਰੀ ਬਾਰੇ ਭੈਸਲਾ ਲੈਂਦੇ ਹਾਂ 15 ਕਰੋੜ 37 ਲੱਖ 30704 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਤੇ ਬਕਾਇਆ 259 ਮਾਮਲੇ ਦੇ ਵਿੱਚ 4.38 ਕਰੋੜ ਰੁਪਏ ਦਾ ਜੁਰਮਾਨਾ ਵਸੂਲੇ ਜਾਣ ਦੀ ਸੰਭਾਵਨਾ ਹੈ ਸਰਦਾਰ ਚੀਮਣ ਨੇ ਦੱਸਿਆ ਹੈ ਕਿ ਲਾਏ ਗਏ ਕੁੱਲ ਜੁਰਮਾਨੇ ਵਿੱਚੋਂ 14 ਕਰੋੜ 90 ਲੱਖ 94501 ਰੁਪਏ ਦਾ ਜੁਰਮਾਨਾ ਵਸੂਲਿਆ ਜਾ ਚੁੱਕਾ ਹੈ ਤੇ ਬਕਾਇਆ ਜੁਰਮਾਨਾ ਵੀ ਜਲਦੀ ਵਸੂਲਿਆ ਜਾਵੇਗਾ ਪੰਜਾਬ ਸਰਕਾਰ ਵੱਲੋਂ ਬਿੱਲ ਲਿਆਓ ਇਨਾਮ ਪਾਓ ਸਕੀਮਾ ਲਾਂਚ ਆ ਤਾਂ ਦੋਸਤੋ ਪੰਜਾਬ ਸਰਕਾਰ ਨੇ ਟੈਕਸ ਚੋਰੀ ਰੋਕਣ ਦੇ ਲਈ ਅਹਿਮ ਕਦਮ ਚੁੱਕਿਆ ਪੰਜਾਬ ਸਰਕਾਰ ਨੇ 1 ਅਗਸਤ ਨੂੰ ਮੇਰਾ ਬਿੱਲ ਐਪ ਲਾਂਚ ਕਰਨ ਦੇ ਨਾਲ ਬਿੱਲ ਲਿਆਓ ਇਨਾਮ ਪਾਓ ਸਕੀਮ ਵੀ ਲਾਂਚ ਕੀਤੀ ਹੈ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਵਾ ਕੀਤਾ ਸੀ ਕਿ ਇਸ ਨਾਲ ਲੋਕਾਂ ਦੇ ਵਿੱਚ ਜਾਗਰੂਕਤਾ ਵਧੇਗੀ ਇਸ ਨਾਲ ਟੈਕਸ ਦੀ ਵਸੂਲੀ ਵੀ ਵਧੇਗੀ ਅਤੇ ਗਾਹਕ ਵੀ ਦੁਕਾਨਦਾਰਾਂ ਤੋਂ ਬਿੱਲ ਵਸੂਲਣ ਦੇ ਲਈ ਪ੍ਰੇਰਿਤ ਹੋਣਗੇ ਬਿੱਲ ਲਿਆਓ ਇਨਾਮ ਪਾਓ ਸਕੀਮ ਦੇ ਤਹਿਤਾਂ ਕੋਈ ਵੀ ਵਿਅਕਤੀ ਜਿਸ ਨੇ ਪੰਜਾਬ ਦੇ ਵਿੱਚ ਕੋਈ ਵਸਤੂ ਖਰੀਦੀ ਹੈ ਅਤੇ ਉਸ ਕੋਲ ਬਿੱਲ ਕਸ਼ਮੀਮੋ ਰਿਟੇਲ ਇਹਨਾਂ ਵਾਇਸ ਤੇ ਉਹ ਇਸ ਸਕੀਮ ਦਾ ਲਾਭ ਲੈ ਸਕਦਾ ਹੈ ਤੇ ਬਿੱਲ ਦੀ ਕੀਮਤ ਘੱਟੋ-ਘੱਟ 200 ਰੁਪਏ ਹੋਣੀ ਚਾਹੀਦੀ ਹੈ। ਇਸ ਸਕੀਮ ਆ ਵਪਾਰਕ ਲੈਣ-ਦੇਣ ਤੇ ਲਾਗੂ ਨਹੀਂ ਆ ਤੇ ਇਸ ਸਕੀਮਾਂ ਪੈਟਰੋਲੀਅਮ ਅਤੇ ਸ਼ਰਾਬ ਤੇ ਵੀ ਲਾਗੂ ਨਹੀਂ ਹੋਵੇਗੀ। ਘੱਟੋ-ਘੱਟ 200 ਰੁਪਏ ਦੀ ਖਰੀਦਦਾਰੀ ਕਰਨ ਤੇ 10000 ਰੁਪਏ ਤੱਕ ਦੇ ਇਨਾਮ ਵੇ ਦਿੱਤੇ ਜਾਣਗੇ ਜੇਕਰ ਕੋਈ ਗਾਹਕ 200 ਰੁਪਏ ਵੀ ਕੋਈ ਚੀਜ਼ ਖਰੀਦਦਾ ਹੈ ਤਾਂ ਉਸ ਨੂੰ 1000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਬਾਅਦ ਤੋਂ ਬਾਅਦ 10000 ਰੁਪਏ ਤੱਕ ਦਾ ਇਨਾਮ ਹੋਵੇਗਾ ਪੰਜਾਬ ਸਰਕਾਰ ਵੱਲੋਂ ਹਰ ਮਹੀਨੇ ਡਰਾ ਕੱਢਿਆ ਜਾਵੇਗਾ ਅਤੇ ਡਰਾ ਦੇ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ ਉਹਨਾਂ ਦੱਸਿਆ ਹੈ ਕਿ ਪਹਿਲਾ ਡਰਾ 7 ਅਕਤੂਬਰ ਨੂੰ ਕੱਢਿਆ ਜਾਵੇਗਾ ਪੰਜਾਬ ਸਰਕਾਰ ਹਰ ਮਹੀਨੇ ਕੁੱਲ 29 ਲੱਖ ਰੁਪਏ ਦਾ ਇਨਾਮ ਦੇਵੇਗੀ ਡਰਾ ਹਰ ਮਹੀਨੇ ਦੇ ਪਹਿਲੇ ਹਫ਼ਤੇ ਕੱਢਿਆ ਜਾਵੇਗਾ ਪਰ ਜੇਕਰ ਇੱਕ ਮਹੀਨੇ ਵਿੱਚ ਡਰਾਾ ਨਿਕਲਦਾ ਹੈ ਤਾਂ ਇੱਕ ਵਿਅਕਤੀ ਇਨਾਮ ਦਾ ਹੱਕਦਾਰ ਹੋਵੇਗਾ ਗਾਹਕ ਨੂੰ ਮਾਈ ਬੈਲ ਐਪ ਵਿੱਚ ਬੈਲ ਕਸ਼ਮੀਮਾ ਰਿਟੇਲ ਅਨੁਭਵ ਦੇ ਬੇਰਬੇ ਦਰਜ ਕਰਨੇ ਪੈਣਗੇ ਗਾਹਕ ਨੂੰ ਫੋਟੋ ਦੇ ਨਾਲ ਡੀਲਰ ਦਾ ਜੀਐਸਟੀ ਨੰਬਰ ਡੀਲਰ ਦਾ ਪਤਾ ਬੈਲ ਅਤੇ ਚਲਾਨ ਨੰਬਰ ਅਤੇ ਬੈਲ ਅਤੇ ਚਲਾਨ ਦੀ ਰਕਮ ਵੀ ਦਰਜ ਕਰਨੀ ਹੋਵੇਗੀ ਜਿਸ ਮਹੀਨੇ ਖਰੀਦਦਾਰੀ ਕੀਤੀ ਗਿਆ ਉਸ ਮਹੀਨੇ ਐਪ ਵਿੱਚ ਬਿਰਬੇ ਦਰਜ ਕਰਨੇ ਹੋਣਗੇ ਤਾਂ ਹੀ ਗਾਕ ਇਨਾਮ ਦੇ ਲਈ ਯੋਗ ਹੋਵੇਗਾ ਹਰ ਮਹੀਨੇ ਹਰ ਜ਼ਿਲ੍ਹੇ ਵਿੱਚ 10 ਇਨਾਮ ਦਿੱਤੇ ਜਾਣਗੇ ਇਨਾਮ ਦਾ ਦਾਵਾ ਕਰਨ ਦੀ ਪ੍ਰਕਿਰਿਆ ਡਰਾ ਕਮੇਟੀ ਦੇ ਮਜੂਦਗੀ ਵਿੱਚ ਇਲੈਕਟ੍ਰੋਨਿਕਾ ਤਰੀਕੇ ਦੇ ਨਾਲ ਕੀਤੀ ਜਾਵੇਗੀ ਜੇਤੂਆਂ ਦੀ ਸੂਚੀ ਵੈੱਬਸਾਈਟ ਤੇ ਪ੍ਰਦਰਸ਼ਿਤ ਕੀਤੀ ਜਾਵੇਗੀ ਜੇਤੂਆਂ ਦੇ ਮੋਬਾਈਲ ਫੋਨਾਂ ਤੇ ਸੂਚਨਾ ਭੇਜੀ ਜਾਵੇਗੀ ਇਨਾਮ ਦਾ ਦਾਵਾ ਕਰਨ ਦੇ ਲਈ ਵਿਜੇਤਾ ਨੂੰ ਆਪਣਾ ਬੈਂਕ ਦਾ ਖਾਤਾ ਨੰਬਰ ਅਤੇ ਆਈ ਐਫ ਸੀ ਕੋਡ ਐਪ ਤੇ ਅਪਲੋਡ ਕਰਨਾ ਹੋਵੇਗਾ ਇਹ ਐਪ ਅਤੇ ਸਕੀਮਾ ਟੈਕਸ ਚੋਰੀ ਨੂੰ ਰੋਕਣ ਦੇ ਲਈ ਸਰਕਾਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਕਦਮ ਹੈ। ਇਸ ਨਾਲ ਨਾ ਸਿਰਫ ਟੈਕਸ ਚੋਰੀ ਘਟੂਵੇਗੀ ਸਗੋਂ ਗਾਹਕ ਵੀ ਜਾਗਰੂਕਾ ਹੋਣਗੇ ਅਤੇ ਦੁਕਾਨਦਾਰ ਤੋਂ ਬਿੱਲ ਲੈਣਗੇ। ਜਿਸ ਨਾਲ ਗ੍ਰਾਹਕਾਂ ਅਤੇ ਸਰਕਾਰ ਦੋਵਾਂ ਨੂੰ ਫਾਇਦਾ ਹੋਵੇਗਾ। ਬਨ ਨੇਸ਼ਨਾਂ ਬਨ ਇਲੈਕਸ਼ਨ ਤੇ ਰਕੇ ਸ਼ਟਕੈਦ ਦਾ ਪ੍ਰਤੀਕਿਰਿਆ ਕਿਹਾ ਵਿਰੋਧੀ ਸਰਕਾਰ ਨੂੰ ਦੇਵਾਂਗੇ ਮਾਤ। ਕੇਂਦਰ ਸਰਕਾਰ ਨੇ ਬੰਨ ਨੇਸ਼ਨ ਨ ਬੰਨ ਇਲੈਕਸ਼ਨ ਕਮੇਟੀ ਬਾਰੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਇਹ ਗੱਲ ਵਿਰੋਧੀ ਪਾਰਟੀਆਂ ਸਮੇਤ ਕਿਸਾਨ ਆਗੂਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ ਅਤੇ ਇਸ ਦੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬਲਾਰੇ ਰਾਕੇਸ਼ ਠਾਕਰ ਦੀ ਪ੍ਰਤੀਕਿਰਿਆ ਸਾਹਮਣੇ ਆਈ ਆ ਬੀਕੇਜੂ ਆਗੂ ਰਾਕੇਸ਼ ਠਾਕਰ ਨੇ ਕਿਹਾ ਜਿਸ ਨੇ ਚੋਣ ਲੜਨੀ ਹੈ ਇਹ ਉਹਦੀ ਮਰਜ਼ੀ ਹੈ ਜੇ ਸਰਕਾਰ ਕੋ ਜੇ ਸਹੀ ਕਰੇਗੀ ਤਾਂ ਜਨਤਾ ਉਹਦੇ ਨਾਲ ਜਾਵੇਗੀ ਜੇ ਕੋ ਜ ਸਹੀ ਨਹੀਂ ਕੀਤਾ ਤਾਂ ਜਨਤਾ ਦੂਜੇ ਪਾਸੇ ਜਾਵੇਗੀ ਦੂਜੇ ਪਾਸੇ ਬਨ ਨੇਸ਼ਨ ਬਨ ਇਲੈਕਸ਼ਨ ਨੂੰ ਲੈ ਕੇ ਰਾਕੇਸ਼ ਛਟਕਤ ਨੇ ਕਿਹਾ ਉਹ ਰਾਸ਼ਟਰਪਤੀ ਨੂੰ ਜ਼ਿਆਦਾ ਸ਼ਕਤੀ ਦੇਣਗੇ ਅਤੇ ਜਿੱਥੇ ਵਿਰੋਧੀ ਤੇ ਸੱਤਾ ਦੇ ਵਿਚ ਚ ਹੋਵੇਗੀ ਉੱਤੇ ਸਰਕਾਰ ਨੂੰ ਮਾਤ ਦੇਣਗੇ ਵਿਰੋਧੀ ਤਾਂ ਦੇ ਸਰਕਾਰ ਇੱਕ ਸਾਲ ਦੇ ਵਿੱਚ ਡਿੱਗ ਜਾਵੇਗੀ ਅਤੇ 4 ਸਾਲ ਦੇ ਲਈ ਰਾਸ਼ਟਰਪਤੀ ਸ਼ਾਸਨ ਲਾ ਕੇ ਇਸ ਉੱਤੇ ਰਾਜ ਕਰੇਗੀ ਜੀ20 ਨੂੰ ਲੈ ਕੇ ਟਕੈਤ ਨੇ ਕਹੀ ਇਹ ਵੱਡੀ ਗੱਲ ਇਸ ਦੇ ਨਾਲ ਹੀ ਰਕੇਸ਼ ਸ਼ਟਕੈਤ ਨੇ ਜੀ20 ਬਾਰੇ ਕਿਹਾ ਇਹ ਇੱਕ ਅੰਤਰਰਾਸ਼ਟਰੀ ਪ੍ਰੋਗਰਾਮ ਹੈ ਜੋ ਕਦੇ ਕਿਸੇ ਦੇਸ਼ ਵਿੱਚ ਹੁੰਦਾ ਹੈ ਤੇ ਕਦੇ ਕਿਸੇ ਹੋਰ ਦੇਸ਼ ਵਿੱਚ ਐਸਾ ਵਾਰ ਭਾਰਤ ਮੇਜ਼ਬਾਨ ਦੇਸ਼ ਹੈ ਜੋ ਕਿ ਦੁਨੀਆ ਨੂੰ ਵੱਡਾ ਸੰਦੇਸ਼ ਦਿੰਦਾ ਹੈ ਸਾਨੂੰ ਇਸ ਤੇ ਕੋਈ ਇਤਰਾਜ਼ ਨਹੀਂ ਹੈ ਤੇ ਇਸ ਤੋਂ ਇਲਾਵਾ ਵਿਰੋਧੀ ਗਾਠ ਜੋੜਾ ਭਾਰਤ ਬਾਰੇ ਰਕੇਸ਼ ਸ਼ਟਕੈਤ ਨੇ ਕਿਹਾ ਗਾਠ ਜੋੜ ਨੂੰ ਇਕ ਜਟ ਹੋ ਕੇ ਲੜਨਾ ਪਵੇਗਾ ਅਥਰੂ ਗੈਸ ਦਾ ਇਕ ਵੀ ਦਰ ਨਹੀਂ ਚਲਾਇਆ ਗਿਆ ਹੁਣ ਬਹੁਤ ਸਾਰੇ ਮੁੱਦੇ ਹੰਤੇ ਮੁੱਦੇ ਸਰਪਾ ਕਿਸਾਨ ਜੱਥੇ ਬੰਦਿਆਂ ਦੇ ਹੀ ਨਹੀਂ ਹਨ ਹੋਰ ਵਿਰੋਧੀ ਧਿਰਾਂ ਨੂੰ ਸੜਕਾਂ ਤੇ ਆਉਂਦੇ ਲੋੜਾ ਘਰ ਸੌਣ ਦੇ ਨਾਲ ਕੋਈ ਕੰਮ ਨਹੀਂ ਹੋਵੇਗਾ ਅਤੇ ਸੰਘਰਸ਼ ਸ਼ੁਰੂ ਕਰਨਾ ਪਵੇਗਾ ਇੱਕ ਵਾਰ ਫਿਰ ਤੋਂ ਵੱਡਾ ਅੰਦੋਲਨ ਹੋਵੇਗਾ ਰਕੇਸ਼ ਟਕੈਤ ਰਕੇਸ਼ ਟਕੈਤ ਨੇ ਕਿਹਾ ਵਿਰੋਧੀ ਧਿਰ ਮਜ਼ਬੂਤ ਹੋਣੀ ਚਾਹੀਦੀ ਹੈ ਜੇ ਵਿਰੋਧੀ ਧਿਰ ਕਮਜ਼ੂਰਾ ਹੋਵੇਗੀ ਤਾਂ ਤਾਨਾਸ਼ਾ ਪੈਦਾ ਹੋਣਗੇ ਸਭ ਤੋਂ ਜ਼ਿਆਦਾ ਕਬਜ਼ਾ ਧਾਰੀ ਭਾਈਪਾ ਤੇ ਸੰਗ ਦੇ ਲੋਕਾਂ ਤੇ ਅਸ ਤੋਂ ਆਪਣੀ ਜ਼ਮੀਨਾਂ ਨੂੰ ਬਚਾਓ ਵਿਰੋਧੀ ਤੈਰ ਬਾਰੇ ਰਕੇ ਸ਼ਟਕੈਤ ਨੇ ਕਿਹਾ ਉਹਨਾਂ ਨੂੰ ਅੰਦੋਲਨ ਦਾ ਰਸਤਾ ਤਿਆਰ ਕਰਨਾ ਚਾਹੀਦਾ ਹੈ ਜੇ ਕੇਂਦਰ ਸਰਕਾਰ ਦੀ ਕੋਈ ਕਮੀ ਹੈ ਤਾਂ ਉਸ ਨੂੰ ਖੜੇ ਹੋ ਕੇ ਵਿਰੋਧਾ ਕਰਨਾ ਚਾਹੀਦਾ ਹੈ ਜਦੋਂ ਤੱਕ ਲਾਠੀਆਂ ਇੱਕ ਵਾਰ ਨਹੀਂ ਚੱਲਦੀਆਂ ਅਥਰੂ ਗੈਸ ਨਹੀਂ ਚੱਲੇਗੀ ਵੇਖੋ ਟਰੈਕਟਰ ਸਾਡਾ ਹੈ ਅਸੀਂ ਤਾਂ ਉਸੇ ਉੱਤੇ ਕਾਬੂ ਪਾਲਿਆ ਚੂਨਾ ਕਮਿਸ਼ਨਰ ਦੇ ਨਿਯੁਗ ਤੇ ਬਾਰੇ ਰਕੇਸ਼ ਛਟਕਾਇਤ ਨੇ ਕਹਿ ਕੇ ਭਾਰਤ ਸਰਕਾਰ ਹਰ ਸੰਸਥਾ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਰਕੇਸ਼ ਛਟਕਾਇਤ ਨੇ ਕਿਹਾ ਅਸੀਂ ਰਾਜਨੀਤੀ ਤੋਂ ਦੂਰ ਹਾਂ ਅਸੀਂ ਯਕੀਨੀ ਤੌਰ ਤੇ ਉਹਨਾਂ ਨੂੰ ਕਹਿੰਦੇ ਰਹਾਂਗੇ ਕਿ ਇਕੱਠੇ ਹੋ ਕੇ ਸੱਤਾ ਹਾਸਲ ਕਰਨ ਦੇ ਲਈ ਲੜੋ ਇਸ ਨਾਲ ਹੀ ਰਕੇਸ਼ ਛਟਕਾਇਤ ਨੇ ਐਮਐਸਪੀ ਨੂੰ ਵੀ ਲੈ ਕੇ ਇੱਕ ਵੱਡਾ ਬਿਆਨ ਕਿਹਾ ਇੱਕ ਵਾਰ ਫਿਰ ਤੋਂ ਵੱਡਾ ਅੰਦੋਲਨ ਹੋਵੇਗਾ